मैं सतीश कुमार तुहाड़ा सार्या दा एस के बी न्यूज़ चैनल विच स्वागत करदा हां। लो जी, अज असी पहुंचे जवाहर नगर कैंप। इच्छर सिंह मल जी जिहड़े एक्टर साहब ने, आओ तुहानू उन्हां नूं मिलाउण जा रहे हां। सति श्री अकाल जी। सति श्री अकाल दोस्तों, मैं एस के बी चैनल वालों का बहुत धन्यवाद करता जिहड़े कि मेरे कोल अज पहुंचे ने। तुहाडा स्वागत है जी सुखबीर जी। ते तुसी काफी फिल्मां च रोल कीते, कीड़ी कीड़ी फिल्मां च रोल कीते, एक्टिंग कीती है? ਬਹੁਤ ਧੁੰਮਾਂ ਤੁਹਾਡੀਆਂ ਪਈਆਂ ਹੋਈਆਂ, ਉਹਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਜੀ। ਇਹ ਸ਼੍ਰੀਮਾਨ ਜੀ, ਮੈਨੂੰ ਸਕੂਲ ਟਾਈਮ 'ਚ ਬਚਪਨ ਤੋਂ ਹੀ ਸ਼ੌਕ ਸੀਗਾ ਫਿਲਮਾਂ ਦੇ ਵਿੱਚ, ਭੰਗੜਿਆਂ ਦੇ ਵਿੱਚ ਕੰਮ ਕਰਨ ਦਾ। ਅਤੇ ਉਹ ਕੁਦਰਤੀ ਮੇਰਾ ਟੈਲੈਂਟ ਚੱਲ ਗਿਆ ਅਤੇ ਹੁਣ ਮੈਂ ਕਈ ਸੀਰੀਅਲਾਂ 'ਚ ਕੰਮ ਕਰ ਰਿਹਾ, ਕਈ ਫਿਲਮਾਂ 'ਚ ਕੰਮ ਕਰ ਰਿਹਾ। ਇੱਕ ਪਰਸੋਂ ਸਾਡਾ ਰਿਲੀਜ਼ ਹੋ ਰਿਹਾ ਐਤਵਾਰ ਨੂੰ, ਚਿੱਟਾ ਹੋ ਗਿਆ ਲਹੂ ਸੀਰੀਅਲ, ਜਿਸਦੇ ਸੂਰਜ ਸ਼ੇਰਗਿੱਲ ਕੇਬਲ ਚੈਨਲ ਵਾਲੇ ਨੇ ਰਿਲੀਜ਼ ਕਰਨਾ ਹੈ ਐਤਵਾਰ ਨੂੰ। ਡਾਇਰੈਕਟਰ ਵੀ ਉਹੀ ਹੈ, ਅਸੀਂ ਉਹਦੇ ਵਿੱਚ ਮਾੜੀ ਜਿਹੀ ਐਕਟਿੰਗ ਦਿਖਾਈ ਹੈ, ਡਾਕਟਰ ਦਾ ਰੋਲ ਕੀਤਾ ਮੈਂ। ਅਤੇ ਮੈਂ ਜਨਤਾ ਦਾ ਔਰ ਪਬਲਿਕ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕਿ ਮੈਨੂੰ ਹਾਈਲਾਈਟ ਕਰ ਰਹੇ ਨੇ, ਸਾਡੇ ਸੀਰੀਅਲ ਨੂੰ ਪਸੰਦ ਕਰ ਰਹੇ ਨੇ, ਸ਼ੇਅਰ ਕਰ ਰਹੇ ਨੇ, ਸਾਨੂੰ ਕਮੈਂਟ ਦੇ ਰਹੇ ਨੇ। ਅਸੀਂ ਜਨਤਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਹੋਰ ਕੁਛ ਕਹਿਣਾ ਚਾਹੋਂਗੇ ਜੀ? ਅਗਲਾ ਤੁਹਾਡਾ ਕੋਈ ਕਦਮ ਕੀ ਹੈ? ਅਗਲਾ ਮੈਨੂੰ ਹੋਰ ਕਈ ਸੀਰੀਅਲਾਂ 'ਚ ਅਤੇ ਫਿਲਮਾਂ 'ਚ ਕੰਮ ਮਿਲ ਗਿਆ ਆ। ਜਿਉਂ ਜਿਉਂ ਕੋਈ ਅਸੀਂ ਕੰਮ ਕਰੀ ਜਾਵਾਂਗੇ, ਜਿਉਂ ਜਿਉਂ ਦੱਸੀ ਜਾਵਾਂਗੇ, ਅਸੀਂ ਐਡਵਾਂਸ ਨਹੀਂ ਕੋਈ ਕਿਸੇ ਦਾ ਦੱਸ ਸਕਦੇ, ਕਿਉਂਕਿ ਲੈਣ ਅਸੀਂ ਇਹ ਕੋਈ ਵਿੱਚ ਕੰਮ ਹੋ ਕੇ ਬਾਅਦ 'ਚ ਫਿਲਮ ਨਹੀਂ ਵੀ ਆਉਂਦੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸਰ, ਕੋਈ ਤੁਸੀਂ ਵੱਡੇ ਇਹ ਪਰਦੇ 'ਤੇ ਵੀ ਕੰਮ ਕੀਤਾ ਜੀ, ਉਹਦੇ ਬਾਰੇ ਕੋਈ ਜਾਣਾ? ਵੱਡੇ ਪਰਦੇ 'ਤੇ ਮੈਂ ਸਭ ਤੋਂ ਪਹਿਲਾਂ ਜੱਟ ਦੇ ਗੰਡਾਸੇ ਵਿੱਚ ਸਰਪੰਚ ਦਾ ਰੋਲ ਕੀਤਾ, ਪੰਜਾਬੀ ਫਿਲਮ ਆਈ ਸੀ 95-96 'ਚ। ਉਸ ਤੋਂ ਬਾਅਦ ਉੱਚੀ ਹਵੇਲੀ 'ਚ ਮੈਂ ਦਵਿੰਦਰ ਖੰਨੇ ਵਾਲਾ ਹੀਰੋ ਸੀ, ਉਹਦੇ 'ਚ ਮੰਤਰੀ ਦਾ ਰੋਲ ਕੀਤਾ ਹੋਇਆ, ਉਹ ਵੀ 2000 ਦੇ ਨੇੜੇ ਤੇੜੇ ਆਈ ਸੀ। ਫਿਰ ਇੱਦਾਂ ਮੈਂ ਕਲਯੁੱਗ ਇੱਕ ਪੰਜਾਬੀ ਫਿਲਮ ਅਜੇ ਆਉਣੀ ਹੈ, ਉਹਦੇ 'ਚ ਟਰੱਕ ਡਰਾਈਵਰ ਦਾ ਰੋਲ ਕੀਤਾ ਹੋਇਆ। ਠੀਕ ਹੈ ਸਰ।